ਕੀਤਾ ਲੋੜੀਐ ਕੰਮ ਸੋ ਹਰਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਇਹ ਸ਼ਬਦ ਸਾਡੇ ਮਨ ਨੂੰ ਕਿੰਨੀ ਤਸੱਲੀ ਦਿੰਦਾ। ਜਦੋਂ ਸਾਰੇ ਕੰਮ ਵਾਹਿਗੁਰੂ ਜੀ ਨੇ ਕਰਨੇ ਨੇ ਤਾਂ ਫਿਰ ਅਸੀਂ ਬੇਫਿਕਰ ਕਿਉਂ ਨਾ ਹੋ ਜਾਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਵਾਕ ਗਲਤ ਨਹੀਂ ਹੋ ਸਕਦਾ, ਕਿਉਂਕਿ ਗੁਰੂ ਦਾ ਵਾਅਦਾ ਕਦੇ ਝੂਠਾ ਨਹੀਂ ਹੋ ਸਕਦਾ। ਇਹ ਬਿਲਕੁਲ ਠੀਕ ਹੈ ਤੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ। ਇਹ ਤਾਂ ਹੋਇਆ ਸਾਡੇ ਨਿਸ਼ਚੇ ਦਾ ਖਿਆਲ। ਆਓ ਹੁਣ ਤਜਰਬੇ ਵਾਲੇ ਪਾਸੇ ਇਸ ਸ਼ਬਦ ਨੂੰ ਵਰਤ ਕੇ ਵੇਖੀਏ। ਸੱਚ ਪੁੱਛੋ ਤਾਂ ਸਿੱਖ ਹਰ ਕੰਮ ਕਰਨ ਲੱਗਿਆਂ ਵਾਹਿਗੁਰੂ ਨੂੰ ਕਹਿੰਦਾ ਤੇ ਜ਼ਰੂਰ ਹੈ ਤੇ ਅਰਦਾਸ ਵੀ ਕਰਦਾ, ਪਰ ਹਰ ਵਾਰੀ ਕਾਰਜ ਦੇ ਸਵਾਰ ਵਾਲਾ ਨਤੀਜਾ ਨਹੀਂ ਨਿਕਲਦਾ। ਫਿਰ ਮਨੁੱਖ ਦਾ ਵਿਸ਼ਵਾਸ ਹਿੱਲ ਜਾਂਦਾ। ਤੇ ਵੀ ਤਜਰਬੇ ਵਿੱਚ ਆਉਂਦਾ ਹੈ ਕਿ ਜਿਹੜੇ ਲੋਕ ਕਦੇ ਵੀ ਅਰਦਾਸ ਨਹੀਂ ਕਰਦੇ ਉਹਨਾਂ ਦੇ ਕੰਮ ਵੀ ਕਦੇ ਹੋ ਜਾਂਦੇ ਨੇ ਕਦੇ ਨਹੀਂ। ਫਿਰ ਮਨ ਵਿੱਚ ਇਹ ਸੋਚ ਪੈਦਾ ਹੁੰਦੀ ਹੈ ਕਿ ਅਰਦਾਸ ਦਾ ਕੋਈ ਫਾਇਦਾ ਵੀ ਹੁੰਦਾ ਕਿ ਨਹੀਂ। ਹਾਂ, ਵਿਸ਼ਵਾਸ ਵਾਲੇ ਪੱਖ ਨੂੰ ਵੇਖੀਏ ਤਾਂ ਸਾਡਾ ਨਿਸ਼ਚਾ ਆਖਦਾ ਕਿ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ, ਪਰ ਸਾਡਾ ਤਜਰਬਾ ਆਖਦਾ ਕਿ ਅਰਦਾਸ ਕਰਨੀ ਜਾਂ ਨਾ ਕਰਨੀ ਇੱਕੋ ਜਿਹੀ ਗੱਲ ਹੀ ਹੈ, ਭਾਵ ਕਦੇ ਸਾਡੀ ਇੱਛਾ ਪੂਰੀ ਹੋਵੇਗੀ ਤੇ ਕਦੇ ਨਹੀਂ। ਫਿਰ ਇਸ ਦਾ ਫੈਸਲਾ ਕੌਣ ਕਰੇ? ਤਜਰਬਾ ਆਖਦਾ ਕਿ ਜਿਸ ਕੰਮ ਨੂੰ ਮਿਹਨਤ ਨਾਲ, ਤਵੱਜੋ ਨਾਲ, ਇਮਾਨਦਾਰੀ ਨਾਲ ਕੀਤਾ ਜਾਵੇ ਉਹ ਆਮ ਕਰਕੇ ਕਾਮਯਾਬ ਹੁੰਦਾ। ਇਹ ਹੈ ਤੇ ਬੜਾ ਸੁਨਹਿਰੀ ਅਸੂਲ ਅਤੇ ਤਕਰੀਬਨ ਸਾਰੀ ਦੁਨੀਆ ਇਸੇ ਅਸੂਲ ਤੇ ਚੱਲਦੀ ਹੈ, ਪਰ ਕਿਸੇ ਵੇਲੇ ਐਸੇ ਹਾਲਾਤ ਵੀ ਪੈਦਾ ਹੋ ਜਾਂਦੇ ਨੇ ਕਿ ਸਾਰੀਆਂ ਕੋਸ਼ਿਸ਼ਾਂ ਦੇ ਹੁੰਦਿਆਂ ਹੋਇਆਂ ਵੀ ਕੰਮ ਵਿੱਚ ਤਰੱਕੀ ਬੰਦ ਹੋ ਜਾਂਦੀ ਹੈ ਤੇ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ। ਚੱਲਦੇ ਕੰਮ ਵਿੱਚ ਕੋਈ ਵਿਘਨ ਪੈ ਜਾਂਦਾ ਹੈ ਤੇ ਸਾਰਾ ਕੁਝ ਬਿਲਕੁਲ ਉਲਟਾ ਹੋ ਜਾਂਦਾ ਹੈ, ਤੇ ਸਿਆਣੇ ਤੋਂ ਸਿਆਣਾ ਤੇ ਹੁਸ਼ਿਆਰ ਮਨੁੱਖ ਵੀ ਹੱਕਾ ਬੱਕਾ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਵੇਖੋ, ਪਰਹੇਜ਼ ਕਰਦਿਆਂ ਵੀ ਸਿਹਤ ਖਰਾਬ ਰਹਿਣੀ, ਬਿਮਾਰੀ ਦਾ ਹਰ ਹਾਲ ਆਉਣਾ, ਔਲਾਦ ਪੈਦਾ ਨਾ ਹੋਣੀ, ਮਨ ਦੀ ਪਰੇਸ਼ਾਨੀ ਤੇ ਬੇਚੈਨੀ ਹਰ ਵੇਲੇ ਰਹਿਣੀ, ਇਸ ਤਰ੍ਹਾਂ ਦੀਆਂ ਤਕਲੀਫਾਂ ਦਾ ਮਨੁੱਖ ਸ਼ਿਕਾਰ ਹੋ ਜਾਂਦਾ ਹੈ। ਲੱਖ ਯਤਨ ਕਰੋ ਕੋਈ ਪੇਸ਼ ਨਹੀਂ ਜਾਂਦੀ। ਫਿਰ ਇਸ ਗੱਲ ਤੋਂ ਇਹ ਸਮਝ ਆਉਂਦੀ ਬਈ ਹਾਂ, ਕੋਈ ਗੁਪਤ ਸ਼ਕਤੀ ਕੰਮ ਕਰ ਰਹੀ ਹੈ ਜਿਸ ਨੂੰ ਸਮਝਣਾ ਜ਼ਰੂਰੀ ਹੈ। ਇਸ ਸ਼ਕਤੀ ਨੂੰ ਸਮਝਣ ਵਾਸਤੇ ਦੁਨਿਆਵੀ ਅਕਲ ਤਾਂ ਫੇਲ ਹੋ ਚੁੱਕੀ ਹੈ। ਬਾਦਸ਼ਾਹਾਂ ਦੇ ਘਰ ਵਿੱਚ ਵੀ ਬੇਵਕਤ ਮੌਤ, ਵਪਾਰਾਂ ਦੇ ਮਾਹਰ ਵਪਾਰੀ ਕਰੋੜਾਂ ਪਤੀ, ਇਹੋ ਜਿਹੇ ਲੋਕਾਂ ਨੂੰ ਵੀ ਘਾਟੇ ਪੈ ਜਾਣੇ, ਅਤੇ ਬਹੁਤ ਵਾਰ ਆਪਣੇ ਜੀਵਨ ਦੇ ਅੰਤਲੇ ਸਮੇਂ ਬਿਲਕੁਲ ਇਕੱਲੇ ਬਿਨਾਂ ਕਿਸੇ ਮਿੱਤਰ ਤੋਂ ਰਹਿ ਜਾਣਾ, ਕਰੋੜਪਤੀ ਤੋਂ ਬਿਲਕੁਲ ਗਰੀਬ ਕੰਗਾਲ ਹੋ ਜਾਣਾ, ਇਹੋ ਜਿਹੀਆਂ ਅਨੇਕਾਂ ਮਿਸਾਲਾਂ ਨੇ ਜਿਹੜੀਆਂ ਇਨਸਾਨ ਦੀ ਅਕਲ ਤੋਂ ਬਾਹਰ ਨੇ। ਇਸ ਕਰਕੇ ਸਿਰਫ ਇੱਕ ਰੱਬੀ ਪਾਸੇ ਦਾ ਹੀ ਸਹਾਰਾ ਰਹਿ ਜਾਂਦਾ। ਆਓ ਖੋਜ ਕਰਦੇ ਹਾਂ, ਵੇਖਦੇ ਹਾਂ ਕਿੱਥੇ ਪਹੁੰਚਾਂਗੇ। ਸਾਡੇ ਕੋਲ ਆਤਮਿਕ ਸਮੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਜੇ ਇਸ ਦੀ ਸ਼ਰਨ ਵਿੱਚ ਆਈਏ ਤੇ ਫਿਰ ਦੁਬਾਰ ਤੋਂ ਇਹ ਲੇਖ ਧਿਆਨ ਨਾਲ ਪੜ੍ਹੀਏ। ਗੁਰੂ ਜੀ ਆਖਦੇ ਨੇ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ।
ਬਸ ਇਹਨਾਂ ਪੜ੍ਹਨ ਨਾਲ ਹੀ ਸਾਡੇ ਮਨ ਵਿੱਚ ਇੱਕ ਵਾਰ ਖੁਸ਼ੀ ਦੀ ਲਹਿਰ ਚੱਲ ਪੈਂਦੀ ਹੈ ਤੇ ਮਾਯੂਸੀ ਦੀ ਥਾਂ ਤੇ ਉਦਾਸੀ ਦੀ ਥਾਂ ਤੇ ਖੁਸ਼ੀ ਬੋਲ ਉੱਠਦੀ ਹੈ। ਤਜਵੀਜ਼ ਮਿਲ ਗਈ ਹੈ, ਸਿਰਫ ਅਰਦਾਸ ਕਰਨੀ ਬਾਕੀ ਹੈ। ਜਿਵੇਂ ਹੀ ਇਹ ਖਿਆਲ ਮਨ ਵਿੱਚ ਪੈਦਾ ਹੋਇਆ, ਨਾਲ ਹੀ ਅੰਦਰੋਂ ਇੱਕ ਆਵਾਜ਼ ਆਈ, ਓਏ ਬੇਸਮਝ ਮਨੁੱਖ, ਠਹਿਰ, ਕਿਹਦੇ ਕੋਲ ਅਰਦਾਸ ਕਰਨ ਲੱਗਾ? ਅੱਗੋਂ ਮਨ ਨੇ ਸੁਭਾਵਕ ਹੀ ਜਵਾਬ ਦਿੱਤਾ, ਰੱਬ ਅੱਗੇ। ਅੱਗੋਂ ਫਿਰ ਜਵਾਬ ਆਈ, ਤੂੰ ਉਸ ਰੱਬ ਨੂੰ ਭਾਲਣਾ ਜਿਹੜਾ 24 ਘੰਟੇ ਦਿਨ ਰਾਤ ਤੇਰੇ ਕੋਲ ਰਿਹਾ ਤੇ ਤੂੰ ਇੱਕ ਮਿੰਟ ਵੀ ਉਹਦੇ ਵੱਲ ਨਹੀਂ ਤੱਕਿਆ। ਉਹ ਆਪਣੇ ਅਸੂਲਾਂ ਤੇ ਆਪਣੇ ਪ੍ਰੇਮ ਦਾ ਪੱਕਾ ਹੈ, ਪਰ ਤੂੰ ਵੀ ਬਿਲਕੁਲ ਬੇਪਰਵਾਹੀ ਵੱਲੋਂ ਕੋਈ ਘਾਟ ਨਹੀਂ ਆਉਣ ਦਿੱਤੀ। ਭਾਵ ਕਦੇ ਵਾਹਿਗੁਰੂ ਦੀ ਜੋਤ ਦਾ ਚਾਨਣ ਆਪਣੇ ਮਨ ਵਿੱਚ ਨਹੀਂ ਵੜਨ ਦਿੱਤਾ। ਜੇ ਕਦੇ ਗੁਰਦੁਆਰੇ ਗਿਆ ਤੇ ਕੁਝ ਮਿੰਟਾਂ ਲਈ ਵਾਹਿਗੁਰੂ ਦੇ ਨੂਰ ਦੀ ਝਲਕ ਤੇਰੇ ਮਨ ਵਿੱਚ ਆਈ ਵੀ, ਤਾਂ ਵੀ ਉਸ ਨੂੰ ਗੁਰਦੁਆਰੇ ਹੀ ਛੱਡ ਆਇਆ, ਮਨ ਤੇ ਕੋਰਾ ਹੀ ਰਿਹਾ ਨਾ। ਜੇਕਰ ਕਦੇ ਪਰਿਵਾਰ ਵਿੱਚ ਕੋਈ ਮੌਤ ਆ ਗਈ ਤਾਂ ਰੋਸ ਵਾਹਿਗੁਰੂ ਤੇ, ਪਰ ਜੇ ਕੋਈ ਖੁਸ਼ੀ ਮਿਲੀ ਤਾਂ ਫਿਰ ਆਪਣੀਆਂ ਅਕਲਾਂ ਤੇ ਕੋਸ਼ਿਸ਼ਾਂ ਦਾ ਮਾਣ ਕੀਤਾ। ਮੂਰਖ ਬੰਦੇ, ਹਰ ਵੇਲੇ ਮੌਜੂਦ ਵਾਹਿਗੁਰੂ ਨੂੰ ਧਿਆਨ ਵਿੱਚ ਰੱਖਣ ਨਾਲ ਤੇ ਉਸ ਨੂੰ ਪਿਆਰ ਨਾਲ ਸਿਮਰਨ ਕਰਨ ਦੀ ਥਾਂ ਤੇ ਤੂੰ ਹਰ ਵੇਲੇ ਆਪਣਾ ਧਿਆਨ ਪੈਸੇ ਵੱਲ, ਦੌਲਤ ਵੱਲ ਰੱਖਿਆ ਤੇ ਇਸ ਪੈਸੇ ਨੂੰ ਹੀ ਤੂੰ ਆਪਣਾ ਮਾਲਕ ਬਣਾਇਆ, ਜਾਂ ਫਿਰ ਤੇਰੇ ਮਾਲਕ, ਤੇਰੇ ਪਿਆਰ ਦੇ ਪਾਤਰ ਤੇਰਾ ਪੁੱਤਰ, ਤੇਰੀਆਂ ਧੀਆਂ, ਤੇਰਾ ਪਰਿਵਾਰ ਹੈ। ਹੋਏ ਭੁੱਲੇ ਬੰਦੇ, ਨਿਰਾਸ਼ ਨਾ ਹੋ, ਵਾਹਿਗੁਰੂ ਤੇ ਸਿਰਫ ਪ੍ਰੇਮ ਹੀ ਪ੍ਰੇਮ ਹੈ। ਜਿਸ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹੈ ਨਾ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਉਸ ਦਾ ਧਿਆਨ ਨਾਲ ਸਮਝ ਕੇ ਪਾਠ ਕਰ ਤੇ ਯਾਦ ਰੱਖ ਕਿ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਦਾ ਤੇ ਉਸ ਦਾ ਸੁਭਾਅ ਕੀ ਦੱਸਦੇ ਨੇ। ਉਸ ਨੂੰ ਮਨ ਵਿੱਚ ਰੱਖ ਤੇ ਉਸ ਦੀ ਪਛਾਣ ਹਾਸਲ ਕਰ। ਜਦੋਂ ਤੂੰ ਸਤਨਾਮ ਅਤੇ ਵਾਹਿਗੁਰੂ ਆਖਿਆ ਤਾਂ ਤੇਰੀ ਸੁਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਹੋਏ ਸਾਰੇ ਗੁਣਾਂ ਦੀ ਭਰਪੂਰ ਇੱਕ ਨੂਰੀ ਸ਼ਕਤੀ ਤੈਨੂੰ ਦਿਸੇ, ਜੋ ਕਿ ਬੇਅੰਤ ਹੈ, ਕੁੱਲ ਬ੍ਰਹਿਮੰਡ ਵਿੱਚ ਫੈਲੀ ਹੋਈ ਹੈ, ਤੇ ਜੇ ਤੂੰ ਉਹਦੇ ਵਿੱਚ ਉਸ ਨੂਰ ਦੀ ਇੱਕ ਜੋਤ ਨਜ਼ਰ ਆਵੇ। ਸੂਰਜ ਤੇ ਸੂਰਜ ਦੀ ਕਿਰਨ ਦੀ ਇਹ ਮਿਸਾਲ ਯਾਦ ਰੱਖ, ਵਾਹਿਗੁਰੂ ਸੂਰਜ ਹੈ ਤੇ ਤੂੰ ਉਸ ਦੀ ਕਿਰਨ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਨਾਲ ਸਮਝ ਸਮਝ ਕੇ ਪੜ੍ਹਨ ਨਾਲ ਤੇ ਵਾਹਿਗੁਰੂ ਨੂੰ ਸਰਵ ਵਿਆਪਕ ਵੇਖਣ ਨਾਲ ਜਦੋਂ ਉਹ ਪਿਤਾ ਤੇ ਮਾਤਾ ਜਾਪੇਗਾ ਤਾਂ ਦੁਨੀਆਂ ਦੀਆਂ ਕੁੱਲ ਮੁਸੀਬਤਾਂ ਤੋਂ ਰੱਖਿਆ ਹੋਵੇਗੀ। ਜਦੋਂ ਉਹ ਦਾਤਾ ਦਿਸੇਗਾ ਤਾਂ ਹਰ ਹਾਲ, ਪੈਸੇ ਵੱਲੋਂ, ਧਨ ਦੌਲਤ ਵੱਲੋਂ ਸਦਾ ਬੇਪਰਵਾਹੀ ਰਹੇਗੀ ਅਤੇ ਵਾਹਿਗੁਰੂ ਦੀਆਂ ਦਾਤਾਂ ਮੁਫ਼ਤ ਮਿਲਣਗੀਆਂ। ਜਦੋਂ ਵਾਹਿਗੁਰੂ ਗਲਤੀ ਅਤੇ ਬਿਮਾਰੀ ਤੋਂ ਰਹਿਤ ਦਿਸੇਗਾ ਅਤੇ ਉਸ ਦੀ ਜੋਤ ਆਪਣੇ ਅੰਦਰ ਦਿਸੇਗੀ ਤਾਂ ਸਭ ਬਿਮਾਰੀਆਂ, ਭਾਵੇਂ ਕਿੰਨੀਆਂ ਪੁਰਾਣੀਆਂ ਤੇ ਲਾ ਇਲਾਜ ਕਿਉਂ ਨਾ ਹੋਣ, ਹਟ ਜਾਣਗੀਆਂ। ਜਦੋਂ ਉਹ ਸੁੱਖਾਂ ਦਾ ਸਾਗਰ ਭਾਸੇਗਾ ਤਾਂ ਤਨ ਮਨ ਵਿੱਚ ਸ਼ਾਂਤੀ, ਠੰਡ, ਹਰ ਵਕਤ ਦੇ ਫਿਕਰ ਤੇ ਚਿੰਤਾ ਤੋਂ ਆਜ਼ਾਦੀ ਮਿਲ ਜਾਏਗੀ। ਜਿਸ ਦਰਜੇ ਤੱਕ ਅਭਿਆਸ ਨਾਲ ਉੱਚਾ ਪਹੁੰਚੇਗਾ, ਬਸ ਉਸ ਦਰਜੇ ਤੱਕ ਤੇਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ।
एक गल होर भी ध्यान नाल समझ लईए। वाहिगुरू दी हमेशा दिली इच्छा यह होंदी है कि अपने बच्चियां दियां मंगां उसे तरह पूरियां होण जिवें बच्चियां ने मंगां कीतियां ने। पर मंगां विच इंसानी गलतियां जरूर होंदियां ने ते उन्हां दा पूरा होना तकलीफ दा कारण हो सकता है। इस करके वाहिगुरू मंग मंजूर करन तो पहला गलतियां नूं कढ के ते मंगां नूं सुचा ते साफ करके मंजूर करदा है तां कि इह सुखदायक बन जाण। फिर समझ आवेगी कीता लोड़ीऐ कम सो हर पै आखिए कारज दे सवार सतगुर सच साखिए।